ਸਪੀਰ ਦੁਆਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚਾ ਸੱਚਚ ਐਂਡ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਤੇ ਹੁਣ ਅਸੀਂ ਈਮੇਲ ਦਾ ਸੈਸ਼ਨ ਸੈਸ਼ਨ ਇੱਥੇ ਖਤਮ ਕਰਕੇ ਆਪਣੇ ਸਵਾਲਵਾਂ ਜਵਾਬਾਂ ਵੱਧਦੇ ਆਂ ਤੇ ਅੱਜ 20 ਮਈ 2013 ਸਤ ਜੀਤ ਨਾਨਕ ਸ਼ਹੀਦ ਸਮਤ 545 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਅਹਿਮੀਅਤ ਸਿੱਖ ਇਤਿਹਾਸ ਚ ਅੱਜ ਦੇ ਦਿਨ ਦੀਆਂ ਦੋ ਤਿੰਨ ਮੁੱਖ ਘਟਨਾਵਾਂ ਨੇ ਜੀ ਅ ਵੀ ਮਈ 1606 ਨੂੰ ਗੁਰੂ ਅਰਜਨ ਸਾਹਿਬ ਦੀ ਗ੍ਰਿਫਤਾਰੀ ਦਾ ਜਿਹੜਾ ਸ਼ਾਈ ਫਰਮਾਨ ਹੈ ਜਾਂ ਰਾਇਲ ਡਿਕਰੀ ਹੈ ਜਹਾਂਗੀਰ ਵੱਲੋਂ ਇਹ ਜਾਰੀ ਕੀਤੀ ਗਈ ਔਰ ਕਾਫੀ ਅਰਸਾ ਇਹੀ ਚਰਚਾ ਸਿੱਖ ਇਤਿਹਾਸ ਦੇ ਵਿੱਚ ਰਹੀ ਬਹੁਤ ਵਾਰ ਚੰਦੂ ਨੂੰ ਜਿਹੜਾ ਕਿ ਇੱਕ ਸਾਜ਼ਿਸ਼ੀ ਬੰਦਾ ਸੀ ਜਿਸ ਨੇ ਆਪਣੀਆਂ ਸਾਸ਼ਾਂ ਦੇ ਤਹਿਤ ਔਰ ਬਾਅਦ ਦੇ ਵਿੱਚ ਆਪਣੀ ਹਵੇਲੀ ਚ ਰੱਖ ਕੇ ਗੁਰੂ ਸਾਹਿਬ ਨੂੰ ਟਾਰਚਰ ਕੀਤਾ ਜੀ ਤੁਸੀਂ ਦਿੱਤੇ ਸਿਰ ਤੇ ਰੇਤ ਪਾਈ ਦੇ ਚੁਬਾਲਿਆ ਔਰ ਤਤੀ ਤਵੀ ਤੇ ਬਿਠਾ ਕੇ ਜਿਹੜਾ ਉਹ ਬਹੁਤ ਜਿਹੜਾ ਲਗਭਗ 10 ਦਿਨ ਉਹਨਾਂ ਦੇ ਪੂਰੀ ਟੌਰਚਰ ਤੋਂ ਬਾਅਦ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਉਸ ਨੂੰ ਹੀ ਦੋਸ਼ੀ ਮੰਨਿਆ ਜਾਂਦਾ ਸੀ ਜੀ ਅ ਲੇਕਿਨ ਜਦੋਂ ਪ੍ਰਿੰਸੀਪਲ ਗੰਡਾ ਸਿੰਘ ਔਰ ਜੋਕੇ ਹਿਸਟੋਰੀయన్స్ ਨੇ ਫਾਰਸੀ ਦੇ ਮੂਲ ਸੋਰਸ ਔਰ ਖਾਸ ਤੌਰ ਤੇ ਜਹਾਂਗੀਰ ਦੀ ਆਪਣੀ ਜਿਹੜੀ ਜੀਵਨ ਕਥਾ ਜਿਹਨੂੰ ਤੌਜ਼ੁਕੇ ਜਹਾਂਗੀਰੀ ਅ ਕਹਿੰਦੇ ਨੇ ਜੀ ਉਹ ਸੋਰਸ ਤੱਕ ਪਹੁੰਚ ਕੀਤੀ ਤੇ ਫਿਰ ਇਹ ਤਤ ਸਾਹਮਣੇ ਆਇਆ ਕਿ ਕਿਵੇਂ ਮੌਲਾਨਿਆਂ ਨੇ ਖਾਸ ਤੌਰ ਤੇ ਸ਼ੇਖ ਅਹਿਮਦ ਸਰਹੰਦੀ ਨੇ ਇਹ ਸਾਜ਼ਿਸ਼ ਕੀਤੀ ਮੁੱਲਾ ਲੌਬੀ ਨੇ ਕਿਵੇਂ ਸਾਥ ਦਿੱਤਾ ਔਰ ਕਿਵੇਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਲਈ ਉਹਨਾਂ ਨੇ ਹੀ ਗਰਾਊਂਡ ਤਿਆਰ ਕੀਤੀ ਜਿਹੜੇ ਕਿ ਜਹਾਂਗੀਰ ਨੇ ਜਿਹੜਾ ਉਹ ਉਸ ਤੌਰ ਤੇ ਜਹਾਂਗੀਰੀ ਦੇ ਵਿੱਚ ਮੈਂ ਉਹਦੀ ਸਟੇਟਮੈਂਟ ਨੂੰ ਬਹੁਤ ਡੀਟੇਲਸ ਉਦੇ ਸ਼ਬਦਾਂ ਚ ਸੁਣਾਉਣ ਦਾ ਵਕਤ ਨਹੀਂ ਹੈ ਸੋ ਲੇਕਿਨ ਉਸ ਤੋਂ ਬਾਅਦ ਕੋਈ ਇਹ ਭੁਲੇਖਾ ਨਹੀਂ ਰਹਿ ਗਿਆ ਕਿ ਇਹ ਇੱਕ ਜਿਹਨੂੰ ਅਸੀਂ ਕਹਿੰਦੇ ਆ ਕਿ ਫਰੇਮ ਕੀਤਾ ਗਿਆ ਹੈ ਬਹਾਨਾ ਖੁਸਰੋ ਦੀ ਮਦਦ ਦਾ ਲਾਇਆ ਗਿਆ ਪਰ ਉਹਦੇ ਜਹਾਂਗੀਰ ਨੇ ਮੰਨੇ ਆ ਕਿ ਉਹਨਾਂ ਦੀ ਜਿਹੜੀ ਗੁਰੂ ਅਰਜਨ ਸਾਹਿਬ ਦੀ ਪੋਪੂਲੈਰਿਟੀ ਸੀ ਜੀ ਵਧ ਰਿਆ ਉਹਨਾਂ ਦਾ ਪਿਆਰ ਸਤਕਾਰ ਸੀ ਹਿੰਦੂਆਂ ਦੇ ਵਿੱਚ ਵੀ ਮੁਸਲਮਾਨਾਂ ਦੇ ਵਿੱਚ ਵੀ ਉਹ ਉਸ ਲੌਬੀ ਨੂੰ ਮੌਲਾਨਾ ਲੌਬੀ ਨੂੰ ਚੰਗਾ ਨਹੀਂ ਸੀ ਲੱਗਦਾ ਔਰ ਉਹਨਾਂ ਨੇ ਜਹਾਂਗੀਰ ਜਿਹਨੋਂ ਕਿ ਅਖਬਾਰ ਗੱਦੀ ਨਹੀਂ ਸੀ ਦੇਣਾ ਚਾਹੁੰਦਾ ਆਪਣੇ ਪੋਤਰੇ ਨੂੰ ਦੇਣਾ ਚਾਹੁੰਦਾ ਸੀ ਖੁਸਰੋ ਨੂੰ ਔਰ ਕਿਵੇਂ ਫਿਰ ਜਹਾਂਗੀਰ ਨੇ ਉਸ ਲੌਬੀ ਦਾ ਜਿਹੜਾ ਉਹ ਲੈ ਕੇ ਸਹਾਰਾ ਸੋ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਸੋ ਉਹ ਜਿਹੜਾ ਗ੍ਰਫਤਾਰੀ ਦਾ ਆਰਡਰ ਸੀ ਉਸ 1606 20 ਮਈ ਨੂੰ ਹੋਇਆ ਜੀ 20 ਮਈ 1704 ਨੂੰ ਹੀ ਅਨੰਦਪੁਰ ਸਾਹਿਬ ਦੇ ਉੱਤੇ 22 ਤਾਰ ਦੇ ਪਹਾੜੀ ਰਾਜੇ ਜਦੋਂ ਅਸੀਂ 22 ਤਾਰ ਕਹਿੰਦੇ ਹਾਂ ਸੋ 22 ਦੇ ਕਰੀਬ ਅ ਇਹ ਆਰਡਡ ਛੋਟੇ ਛੋਟੇ ਰਾਜੇ ਪ੍ਰਿੰਸਪੈਲਟੀਆਂ ਕੋਈ ਬिलासपुर ਹੈ ਜਿਹਨੂੰ ਉਦੋਂ ਕਹਿਲੂਰ ਕਹਿੰਦੇ ਸੀ ਕੋਈ ਗੁਲੇਰ ਹੈ ਕੋਈ ਕਾਂਗੜਾ ਹੈ ਕੋਈ ਗੜਵਾਲ ਹੈ ਇਸ ਕਿਸਮ ਦੀਆਂ ਛੋਟੀਆਂ ਛੋਟੀਆਂ ਹੰਡੂਰ ਜਿਹੜਾ ਅਜ ਨਾਲਾਗੜ ਜਿਹਨੂੰ ਕਹਿੰਦੇ ਨੇ ਉਨਾ ਨੇ ਪਹਾੜੀ ਰਾਜਿਆਂ ਨੇ ਆਪਣੀਆਂ ਸਾਰੀਆਂ ਫੋਰਸਸ ਕੰਬਾਈਨ ਕਰਕੇ ਅਨੰਦਪੁਰ ਸਾਹਿਬ ਤੇ ਹਮਲਾ ਕੀਤਾ ਜੀ ਅ ਅੱਜ ਅਸੀਂ ਕੋਈ ਵੀ ਸਿੱਖ ਇਤਿਹਾਸ ਜਾਂ ਈਵਨ ਗੁਰਬਾਣੀ ਨਾਲ ਸੰਬੰਧਤ ਕੋਈ ਵੇਰਵਾ ਇਤਿਹਾਸਕ ਨੁਕਤਾ ਤੋਂ ਦੇਖਣਾ ਹੋਵੇ ਤਾਂ ਸਭ ਤੋਂ ਪਹਿਲਾਂ ਅਸੀਂ ਭਾਈ ਸਾਹਿਬ ਭਾਈ ਕਾਂਤ ਸਿੰਘ ਨਾਭਾ ਦਾ ਮਹਾਨ ਕੋਸ਼ ਦੇਖਦੇ ਹਾਂ ਸੋ 20 ਮਈ 1912 ਦੇ ਦਿਨ ਭਾਈ ਸਾਹਿਬ ਨੇ ਇਸ ਮਹਾਨ ਕੋਸ਼ ਦੇ ਉੱਤੇ ਕੰਮ ਸ਼ੁਰੂ ਕੀਤਾ ਹੈ ਲਗਭਗ 14 ਸਾਲ ਦੀ ਮਿਹਨਤ ਤੋਂ ਬਾਅਦ ਏ ਐਨਸਾਈਕਲੋਪੀਡੀਆ ਆਫ ਸਿੱਖੀਜ਼ਮ ਜਿਹੜਾ ਹੈ ਉਹਨਾਂ ਨੇ ਤਿਆਰ ਕੀਤਾ ਔਰ ਅੱਜ ਇਸ ਗੱਲ ਨੂੰ ਲਗਭਗ ਇੱਕ ਸਦੀ ਬੀਤ ਗਈ ਹੈ ਲੇਕਿਨ ਇਸ ਸਦੀ ਚ ਅਸੀਂ ਦੇਖਦੇ ਹਾਂ ਸਾਡੇ ਕੋਲ ਆਪਣੀਆਂ ਯੂਨੀਵਰਸਿਟੀਆਂ ਵੀ ਨੇ ਭਾਸ਼ਾ ਵਿਭਾਗ ਪੰਜਾਬ ਹੈ ਪੰਜਾਬੀ ਯੂਨੀਵਰਸਿਟੀ ਆ ਹੋਰ ਯੂਨੀਵਰਸਿਟੀਆਂ ਵੀ ਬਣੀਆਂ ਜੀ ਪਰ ਜਿੰਨਾ ਵੱਡਾ ਕੰਮ ਪਾਈਕਾਨ ਸਿੰਘ ਨਾਬਾ ਨੇ ਇਕੱਲੇ ਨੇ ਯਾਰ ਇਹ ਮਹਾਰਾਜਾ ਪਟਿਆਲਾ ਨੇ ਮਦਦ ਕੀਤੀ ਆਰਥਿਕ ਪੱਖੋਂ ਵੀ ਔਰ ਬਾਦਛਪਾਈ ਦੇ ਲਈ ਵੀ ਜੀ ਪਰ ਜਿਸ ਸਿਰੜ ਦੇ ਨਾਲ ਉਹਨਾਂ ਨੇ ਇਹ ਕੰਮ ਨੂੰ ਕੀਤਾ ਹੈ ਯੂਨੀਵਰਸਿਟੀਆਂ ਵੀ ਕੋਈ ਇਨਾ ਵੱਡਾ ਪ੍ਰੋਜੈਕਟ ਨਹੀਂ ਕਰ ਸਕੀਆਂ ਜੀ ਵਰਲਡ ਹਿਸਟਰੀ ਦੇ ਹਵਾਲੇ ਨਾਲ 526 ਦੇ ਵਿੱਚ ਸੀਰੀਆ ਦੇ ਵਿੱਚ ਇੱਕ ਬੜਾ ਜ਼ਬਰਦਸਤ ਪੁਚਾਲ ਆਇਆ ਕਿਉਂਕਿ ਅੱਜ ਵੀ ਸੀਰੀਆ ਦੇ ਵਿੱਚ ਇੱਕ ਸਿਵਲ ਵਾਰ ਵਰਗੀ ਸਿਚੁਏਸ਼ਨ ਚੱਲ ਰਹੀ ਹੈ ਅਮਰੀਕਾ ਔਰ ਰੂਸ ਦੀ ਪ੍ਰੌਕਸੀ ਵਾਰ ਉੱਥੇ ਬਣੀ ਹੋਈ ਹੈ ਸੋ ਇਸ ਸਰੀਆ ਦੇ ਪੋਚਾਲ ਚ 2.5 ਲੱਖ ਲੋਕ ਮਾਰੇ ਗਏ 526 ਦੇ ਵਿੱਚ ਆਇਆ ਸੀ ਜੀ 1498 ਦੇ ਵਿੱਚ ਵਾਸਕੋ ਡੀ ਗਾਮ ਇਧਰ ਕਲੰਬਸ ਅਮਰੀਕਾ ਚ ਪਹੁੰਚਿਆ ਅਮਰੀਕਾ ਲੱਭਿਆ ਵਾਸਕੋ ਡੀ ਗਾਮਾ ਪੁਰਤਗਾਲੀ ਸੀ ਉਥੇ ਪਹੁੰਚਿਆ ਗੋਆ ਕਾਲੀਕਟ ਜੀ ਔਰ ਉਹਨੇ ਫਿਰ ਯੂਰੋਪੀਅਨਸ ਦਾ ਕੰਮ ਸ਼ੁਰੂ ਹੋ ਗਿਆ ਉਧਰ ਨੂੰ ਜਾ ਉਹ 1498 ਦੇ ਵਿੱਚ ਪਹੁੰਚਦੇ ਜੀ 1902 ਦੇ ਵਿੱਚ ਕਿਊਬਾ ਚ ਅਮਰੀਕਨ ਫੌਜਾਂ ਹਟੀਆਂ ਹਾਲਾਂਕਿ ਕਿਊਬਾ ਲੰਬਾ ਵਕਤ ਸਪੇਨ ਦੀ ਕਲੋਨੀ ਸੀ ਇੱਕਨ 2-3 ਸਾਲ ਅਮਰੀਕਾ ਨੇ ਵੀ ਉੱਥੇ ਜਾ ਕੇ ਆਕੂਪਾਈਂਗ ਫੋਰਸ ਦਾ ਰੋਲ ਅਦਾ ਕੀਤਾ 1902 ਦੇ ਵਿੱਚ ਕਿਊਬਾ ਜਿਹੜਾ ਉਹ ਪੂਰੀ ਤਰ੍ਹਾਂ ਆਜ਼ਾਦ ਹੋਇਆ 1927 ਦੇ ਵਿੱਚ ਸਾਊਦੀ ਅਰੇਬੀਆ ਹੁਣ ਇਹ ਜਿਹੜਾ ਮਿਡਲ ਈਸਟ ਹੈ ਲਗਭਗ 600 ਸਾਲ ਤੁਰਕਾਂ ਦੇ ਥੱਲੇ ਰਿਹਾ ਆਟੋਮਨ एंपਾਇਰ ਦੇ ਥੱਲੇ ਸੋ ਫਰਸਟ ਵਰਲਡ ਵਾਰ ਦੇ ਵੇਲੇ ਆਟੋਮਨ एंपਾਇਰ ਦੇ ਹੱਥੋਂ ਇਹ ਮਿਡਲ ਈਸਟ ਨਿਕਲਿਆ ਸੋ 1927 ਦੇ ਵਿੱਚ ਸਾਊਦੀ ਅਰੇਬੀਆ ਨੂੰ ਬ੍ਰਿਟਨ ਨੇ ਮੁਕੰਮਲ ਆਜ਼ਾਦੀ ਦੇ ਕੇ ਕੱਢ ਦੇਸ਼ ਜੋ ਜੋ ਮਾਨਤਾ ਦਿੱਤੀ ਉਹ ਟ੍ਰੀਟੀ ਜਿਹੜੀ ਹੈ ਇੱਕ ਜ਼ੱਦਾ ਦੀ ਥਾਂ ਦੇ ਉੱਤੇ ਹੋਈ 1944 ਚ ਅਮਰੀਕਾ ਦੇ ਵਿੱਚ ਵੀ ਕਮਿਊਨਿਸਟ ਪਾਰਟੀ 1930 ਦੇ ਵਿੱਚ ਬੜੀ ਪਾਵਰਫੁਲ ਬਣ ਗਈ ਸੀ ਜਿਹੜੇ ਬਹੁਤ ਸਾਰੇ ਕੰਸੈਸ਼ਨ ਲੇਬਰ ਯੂਨੀਅਨਸ ਇਹ ਬਣ ਰਹੀਆਂ ਸੀ ਜੀ ਇਹਦੇ ਪਿੱਛੇ ਜਿਹੜਾ ਉਹਨਾਂ ਦਾ ਕਾਫੀ ਕਮਿਊਨਿਸਟ ਪਾਰਟੀ ਦੀਆਂ ਜੜਾਂ ਲੱਗ ਰਹੀਆਂ ਸੀ ਪਰ ਫਿਰ ਜੋ ਕੁਝ ਨਾਜ਼ੀ ਜਰਮਨੀ ਕਰ ਰਹੀ ਸੀ ਨਾਜ਼ੀਆਂ ਦੇ ਰੂਪ ਉਦਾ ਵੀ ਫਾਇਦਾ ਉਠਾਇਆ ਅਮਰੀਕਨ politcal system ਨੇ ਉਹਨਾਂ ਨੇ ਇੱਥੇ ਫੜੋਫੜੀ ਸ਼ੁਰੂ ਕੀਤੀ ਉਹਨਾਂ ਦੇ ਉੱਤੇ ਕੇਸ ਰਜਿਸਟਰ ਕਰਨੇ ਉਹਨਾਂ ਦੀ ਪੂਰੀ ਜਿਹੜੀ ਹੈ ਉਹਨਾਂ ਨੂੰ ਫਾਲੋ ਕਰਨਾ ਸੋ ਅਖ ਕੇ 1944 ਦੇ ਵਿੱਚ ਫਿਰ ਸਰਕਾਰੀ ਪ੍ਰੈਸ਼ਰ ਥੱਲੇ ਜਿਹੜੀ ਕਮਿਊਨਿਸਟ ਪਾਰਟੀ ਸੀ ਇਸ ਨੂੰ ਡਿਜ਼ੋਲਵ ਕਰ ਦਿੱਤਾ ਗਿਆ ਖਤਮ ਕਰ ਦਿੱਤਾ ਗਿਆ ਜੀ ਅ ਇਸੇ ਤਰ੍ਹਾਂ ਸੈਕਿੰਡ ਵਰਲਡ ਵਾਰ ਦੇ ਦੌਰਾਨ ਸਾਨੂੰ ਜਦੋਂ ਅਸੀਂ ਇਸ ਮੁਲਕ ਦੀ ਹਿਸਟਰੀ ਵੀ ਦੇਖਦੇ ਹਾਂ ਨਾ ਇੱਥੇ ਵੀ ਬਹੁਤ ਹੋਏ ਹੋਏ ਨੇ ਜੀ ਜਿੰਨੇ ਵੀ ਜਾਪਾਨੀ ਮੂਲ ਦੇ ਲੋਕ ਸੀ ਕਿਉਂਕਿ ਜਾਪਾਨ ਜਰਮਨੀ ਦੇ ਨਾਲ ਸੀ ਅਮਰੀਕਾ ਦਾ ਬਹੁਤ ਸਾਰਾ ਨੁਕਸਾਨ ਪਰਲ ਹਾਰਬਰ ਚ ਕੀਤਾ ਉਹਨਾਂ ਨੇ ਪੂਰਾ ਤਬਾਹੀ ਕਰ ਦਿੱਤਾ ਸੀ ਸੋ ਇੱਥੇ ਜਿੰਨੇ ਜਾਪਾਨੀ ਮੂਲ ਦੇ ਲੋਕ ਸੀ ਉਹਨਾਂ ਨੂੰ ਇਹਨਾਂ ਨੇ ਇਕੱਠੇ ਕਰਕੇ ਸਾਰੇ ਸਿਟੀਜ਼ਨਸ਼ਿਪ ਆਵੇਂ ਅਮਰੀਕਾ ਦੇ ਉਹਨਾਂ ਨੂੰ ਉਤਾਰਾਂ ਦੇ ਥੱਲੇ ਕਰਕੇ ਕਈ ਸਾਲ ਉਹਨਾਂ ਨੂੰ ਇਹਨੂੰ ਇੰਟਰਨਮੈਂਟ ਕਹਿੰਦੇ ਨੇ ਉਹਨਾਂ ਨੂੰ ਇੰਟਰਨ ਕਰਤਾ ਸੀ ਉਹ ਆਜ਼ਾਦ ਨਹੀਂ ਸੀ रह ਸਕਦੇ ਔਰ ਜਿਵੇਂ ਕਾਂਗਰਸਮੈਨ ਮਾਈਕ ਖੰਡਾ ਹੈ ਜਿਹੜਾ ਸਿੱਖਾਂ ਦਾ ਦੋਸਤ ਹੈ ਉਹਦਾ ਜਨਮ ਹੀ ਉਹਨਾਂ ਇੰਟਰਨਸ਼ਿਪ ਕੈਂਪਾਂ ਚ ਹੋਇਆ ਸੀ ਉਹਨਾਂ ਦੀ ਸਿਟੀਜ਼ਨਸ਼ਿਪ ਵੀ ਉਹਨਾਂ ਨੇ ਲੈ ਲਈ ਸੀ ਵਾਪਸ ਜੀ 1999 1959 ਦੇ ਵਿੱਚ 59 ਦੇ ਵਿੱਚ ਉਹ ਜਿਹੜੇ ਜਪਨੀਜ਼ ਅਮਰੀਕਨ ਸੀ ਜਿਨ੍ਹਾਂ ਦੀ ਸਿਟੀਜ਼ਨਸ਼ਿਪ ਵੀ ਵਾਪਸ ਲੈ ਲਈ ਸੀ ਉਹਨਾਂ ਨੂੰ ਵਾਪਸ ਆਪਣੀ ਜਿਹੜੀ ਹੈ ਸਿਟੀਜ਼ਨਸ਼ਿਪ ਮਿਲੀ ਔਰ 2011 ਦੇ ਵਿੱਚ ਜਦੋਂ ਅਸੀਂ ਲੰਮੀ ਉਮਰ ਦੀ ਗੱਲ ਕਰਦੇ ਹਾਂ ਫਸਟ ਵਰਲਡ ਵਾਰ 1914 ਤੋਂ 1919 ਤੱਕ ਹੋਇਆ ਹੈ ਜੀ ਔਰ ਉਹਦੇ ਵਿੱਚ ਸਿੱਖਾਂ ਦੀ ਬਹੁਤ ਵੱਡੀ ਦੇਣ ਹੈ 70000 ਤੋਂ 80000 ਸਿੱਖ ਜਿਹੜੇ ਨੇ ਉਸ ਦੇ ਵਿੱਚ ਉਹਨਾਂ ਨੇ ਆਪਣਾ ਪ੍ਰਾਣਾ ਦੀ ਆਹੂਤੀ ਦਿੱਤੀ ਹੈ ਜੀ ਅ ਲੇਕਿਨ ਜਿਹੜਾ ਸਭ ਤੋਂ ਲੰਮੀ ਉਮਰ ਦਾ ਸਰਵਾਈਵਰ ਸੀ ਫਸਟ ਵਰਲਡ ਵਾਰ ਦਾ ਜਿਹਦਾ ਨਾਮ ਕਲਾਊਡ ਕਾਲਸ ਸੀ 110 ਸਾਲ ਦਾ ਹੋ ਕੇ 211 ਦੇ ਵਿੱਚੋਂ ਮਰਿਆ ਉਹ ਲਾਸਟ ਵੈਟਰਨ ਸੀ ਵਰਲਡ ਵਾਰ ਪਹਿਲੇ ਦਾ ਹੁਣ ਵਰਲਡ ਵਾਰ ਸੈਕੰਡ ਜਿਨ੍ਹਾਂ ਨੇ ਲੜਿਆ 1939 ਤੋਂ 1945 ਉਹ ਤਾਂ ਜਿਉਂਦੇ ਨੇ ਪਰ ਇਹ ਮਿਸਟਰ ਕਲਾਉਡ ਕੋਲਰਸ ਇਹਨੂੰ ਇਹਦੀ ਮੌਤ 110 ਸਾਲ ਦਾ ਹੋ ਕੇ 211 ਚ ਹੋਈ ਔਰ ਵੈਸਟ ਆਸਟ੍ਰੇਲੀਆ ਦੇ ਵਿੱਚ ਉਹਨੂੰ ਦਫਨ ਕੀਤਾ ਹੋਇਆ ਸੋ ਉਹ ਲਾਸਟ ਸਰਵਾਈਵਰ ਸੀ ਫਰਸਟ ਵਰਲਡ ਵਾਰ ਦੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਸਾਡੇ ਦਰਸ਼ਕਾਂ ਨੂੰ ਅੱਜ ਦੇ ਦਿਨ ਦੀ ਇਹ ਮਹਿਮਤ ਦਸੀ ਤੇ ਤੇ ਲੈਣੇ ਇੱਕ ਛੋਟਾ ਜਿਹਾ ਬ੍ਰੇਕ ਵੀਰ ਤੁਸੀਂ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਹੀ ਦੇਖਦੇ ਰਹੋ ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ